ਅੰਮ੍ਰਿਤਸਰ 'ਚ ਇੱਕ ਕਾਂਗਰਸੀ ਕੌਂਸਲਰ ਅਤੇ ਹਾਲ ਬਾਜ਼ਾਰ ਦੇ ਸਮੂਹ ਦੁਕਾਨਦਾਰਾਂ ਨੇ ਨਗਰ ਨਿਗਮ ਵੱਲੋਂ ਬਾਜ਼ਾਰ ਵਿੱਚ ਬਣਾਈ ਜਾ ਰਹੀ ਪੇਡ ਪਾਰਕਿੰਗ ਦਾ ਨਾਅਰੇਬਾਜ਼ੀ ਕਰਕੇ ਵਿਰੋਧ ਕੀਤਾ ਹੈ। ਦੱਸ ਦਈਏ ਕਿ ਇਸ ਪ੍ਰਦਰਸ਼ਨ ਦੀ ਅਗਵਾਈ ਕਰਨ ਵਾਲੇ ਸੁਨੀਲ ਕੌਂਟੀ ਹਾਲ ਬਾਜ਼ਾਰ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਅਤੇ ਮੌਜੂਦਾ ਕੌਂਸਲਰ ਨੇ ਜੋ ਕਾਂਗਰਸ ਪਾਰਟੀ ਨਾਲ ਸੰਬੰਧ ਰੱਖਦੇ ਨੇ। ਆਪਣੀ ਹੀ ਪਾਰਟੀ ਖਿਲਾਫ਼ ਤਲਖ ਵਿੱਚ ਆਏ ਕੌਂਸਲਰ ਨੇ ਕਿਹਾ ਕਿ ਨਗਰ ਨਿਗਮ ਹਾਲ ਬਾਜ਼ਾਰ ਵਿੱਚ ਪੇਡ ਪਾਰਕਿੰਗ ਬਣਾ ਰਹੀ ਹੈ, ਜਿਸ ਦਾ ਉਹ ਵਿਰੋਧ ਕਰ ਰਹੇ ਨੇ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਵਪਾਰੀਆਂ ਨਾਲ ਲਗਾਤਾਰ ਧੱਕਾ ਕਰ ਰਹੀ ਹੈ, ਕਿਉਂਕਿ ਜੇਕਰ ਇਹ ਪਾਰਕਿੰਗ ਬਣਦੀ ਹੈ ਤਾਂ ਉਹਨਾਂ ਦੇ ਵਪਾਰ 'ਤੇ ਭਾਰੀ ਅਸਰ ਪਏਗਾ। ਉਹਨਾਂ ਭਾਵੁਕ ਹੁੰਦਿਆਂ ਕਿਹਾ ਕਿ ਜੇਕਰ ਸਰਕਾਰ ਚਾਹੁੰਦੀ ਹੈ ਕਿ ਇਹ ਬਾਜ਼ਾਰ ਬੰਦ ਕਰ ਦਿੱਤਾ ਜਾਵੇ ਤਾਂ ਉਹ ਆਪਣੀਆਂ ਦੁਕਾਨਾਂ ਨੂੰ ਤਾਲੇ ਲਾਉਣ ਲਈ ਵੀ ਤਿਆਰ ਨੇ। ਇਹ ਸਾਡੀ ਗੱਲ ਜਗ੍ਹਾ ਜਗ੍ਹਾ ਪਹੁੰਚਾਓ, ਤੁਸੀਂ ਵਪਾਰੀਆਂ ਦਾ ਹਿੱਤ ਦੇਖੋ ਕਿ ਵਪਾਰੀ ਕਿੰਨੇ ਪਰੇਸ਼ਾਨ ਹੋ ਰਹੇ ਆ। ਇੱਕ ਜਿਹੜਾ ਦੁਕਾਨਦਾਰ ਪੱਟਿਆਂ 'ਚ ਚਾਹ ਮੰਗਾਉਂਦਾ, ਜੇ ਉਹਦੀ ਦੁਕਾਨ 'ਤੇ 20 ਰੁਪਏ ਦੀ ਪਾਰਕਿੰਗ ਦਾ ਬੋਰਡ ਲੱਗ ਗਿਆ, ਉਹਦੀ ਦੁਕਾਨਦਾਰੀ ਖਤਮ ਹੋ ਜਾਏਗੀ। ਜਿਹਨੇ ਲੈਮੀਨੇਸ਼ਨ 10 ਰੁਪਏ ਦੀ ਕਰਾਉਣੀ, ਉਹਨੇ ਲੈਮੀਨੇਸ਼ਨ ਹੀ ਕਰਾਉਣੀ। ਜਿਹਨੇ 10 ਰੁਪਏ ਦਾ ਬਲਬ ਲੈਣਾ, ਉਹਨੇ ਵੀ ਉਹਦੇ ਵਾਸਤੇ ਵੀ ਪਰੇਸ਼ਾਨੀ ਆ ਜਾਣੀ ਆ। ਜਿਹਨੇ 50 ਦੀ ਕੁਲਫੀ ਖਾਣੀ, 20 ਦੀ ਪਾਰਕਿੰਗ ਦੇ ਦਿੱਤੀ, ਉਹਦਾ ਕਾਰੋਬਾਰ ਚੌਪੜ ਹੋ ਜਾਏਗਾ। ਸਾਡੇ ਨਾਲ ਲੱਗੇ ਬਾਜ਼ਾਰ ਨਾਲ ਬੜਾ ਧੱਕਾ ਹੋ ਰਿਹਾ। ਅੱਗੇ ਕਿਤੇ ਕੰਪਨੀਆਂ ਦੀ ਪਹਿਲੀ ਪਸੰਦ ਹਾਲ ਬਾਜ਼ਾਰ ਸੀ, ਅੱਜ ਲੋਕਾਂ ਦਾ ਦਿਲ ਕਰਦਾ ਪਿਆ ਕਿ ਹਾਲ ਬਾਜ਼ਾਰ ਬੰਦ ਹੋ ਜਾਏ, ਇਹ ਦੁਕਾਨਾਂ ਇੱਥੋਂ ਚੱਕੀਆਂ ਜਾਣ ਅਤੇ ਇੱਥੋਂ ਹੀ ਸੰਗਤ ਜਾਵੇ, ਦੁਕਾਨਾਂ ਬੰਦ। ਜੇ ਭਾਅ ਜੀ ਤੁਹਾਡਾ ਮਨ ਹੈਗਾ ਦੁਕਾਨਦਾਰ ਬੰਦ ਕਰਨੇ ਆ, ਫੈਸਲਾ ਹੀ ਕਰਨਾ। ਜੋ ਤੁਸੀਂ ਜੇ ਬੰਦ ਹੀ ਕਰਨੇ ਆ ਤਾਂ ਫੈਸਲਾ ਇੱਕ ਕਰ ਲਓ, ਇਹਨਾਂ ਨੂੰ ਕੱਢ ਦਿਓ ਬਾਹਰ, ਰੁਪਈਏ ਦੇ ਦਿਓ ਦੁਕਾਨਾਂ ਦੇ, ਇਹੀ ਹੱਥ ਪ੍ਰੋਪਰਟੀ ਛੱਡ ਦਿੰਦੇ ਆ। ਭਾਅ ਜੀ ਬੈਠਾਂਗੇ, ਇਹ ਕੀ ਕਰਾਂਗੇ? ਉਹ ਸਰਕਾਰਾਂ ਖਿਲਾਫ ਦੇ ਵਪਾਰੀ ਹੱਥ ਜੋੜ ਕੇ ਖੜਾ ਨਾ 24 ਘੰਟੇ, ਅਸੀਂ ਤਾਂ ਹੱਥ ਜੋੜ ਕੇ ਖੜੇ ਹਾਂ। ਜੋ ਕਰਨਾ ਧੋਣ ਨਾਲ ਹੀ ਧੋਣ ਲਾ ਦੇਣ, ਜੋ ਕੰਮ ਕਰਨਾ ਕਰ ਦੇਣ, ਅਸੀਂ ਤਾਂ ਕੀ ਕਰਾਂਗੇ ਦੱਸੋ ਨਾ। ਮੈਨੂੰ ਯਾਦ ਆ ਸਿੱਧੂ ਉਹਨਾਂ ਦੀ ਸਰਕਾਰ ਸੀ, ਸੁਖਬੀਰ ਬਾਦਲ ਇੱਥੇ ਆਇਆ ਬਾਜ਼ਾਰ 'ਚ, ਸਾਰਿਆਂ ਨੇ ਕਿਹਾ ਕਾਂਗਰਸੀ ਗੁੰਮਰਾਹ ਕਰਦਾ ਪਿਆ, ਉਹਦੀ ਗੱਲ ਨਾ ਮੰਨੋ। ਅਸੀਂ ਉਸੇ ਨੇ ਬਾਦਲ ਸਾਹਿਬ ਨੂੰ ਕਿਹਾ ਕਿ ਵਪਾਰੀ ਦੀ ਹਿੱਤ ਦੀ ਗੱਲ ਆ, ਅਸੀਂ ਉਸ ਵਿੱਚ ਗੱਲ ਨਹੀਂ। ਅੱਜ ਮੈਂ ਕਾਰਪੋਰੇਸ਼ਨ ਤੋਂ ਕੌਂਸਲਰ ਹਾਂ, ਮੈਨੂੰ ਬਾਜ਼ਾਰ ਵਾਲੇ 100 ਗੱਲਾਂ ਪੁੱਛਦੇ ਆ, ਮੈਂ ਕੀ ਜਵਾਬ ਦੇਵਾਂ ਕਿ ਤੁਸੀਂ ਨੁਮਾਇੰਦੇ ਸਾਡੇ, ਅਸੀਂ ਤੁਹਾਡੇ ਨਾਲ ਗੱਲ ਕਰਨੀ ਆ। ਪੇਡ ਪਾਰਕਿੰਗ ਸਾਡਾ ਕੋਈ ਡਿਸਕਸ ਹੀ ਨਹੀਂ ਕੀਤੀ, ਕਿਸੇ ਤਰ੍ਹਾਂ ਕੋਈ ਡਿਸਕਸ ਕਰਨ, ਕੋਈ ਇਲਾਕੇ ਦੇ ਨੁਮਾਇੰਦੇ ਬੁਲਾਉਣ। ਮੈਂ ਇਲਾਕੇ ਦੇ ਆਪਣੇ 10 ਬੰਦੇ, ਬਾਜ਼ਾਰ ਦੇ ਪ੍ਰਧਾਨ ਕੈਪੀਟਲ ਵਾਲੇ ਮੇਰੇ ਨਾਲ ਬੈਠੇ ਨੇ, ਹੈਪੀ ਜੀ ਬੈਠੇ ਨੇ, ਸਰੀਨ ਸਾਹਿਬ ਬੈਠੇ ਨੇ, ਹੋਰ ਗੰਨੇ ਮਾਨੇ ਮੇਰੇ ਨਾਲ ਇਲਾਕੇ ਦੇ ਬੰਦੇ ਬੈਠੇ ਆ, ਮੈਂ ਉਹਨਾਂ ਨਾਲ ਲੈ ਕੇ ਡਿਸਕਸ ਕਰਾਂਗੇ ਇਹਦੇ ਨਾਲ ਜਾ ਕੇ। ਇਸ ਕਰਕੇ ਮੇਰੀ ਗ੍ਰਾਹਕ ਸਾਹਿਬ ਬੜੇ ਸੂਝਵਾਨ ਆ, ਹਾਲ ਬਾਜ਼ਾਰ 'ਚ ਰਹਿੰਦੇ ਰਹੇ ਨੇ ਸਾਰਾ ਦਿਹਾੜੀ, ਇੱਕ ਇੱਕ ਬੰਦੇ ਨੂੰ ਜਾਣਦੇ ਨੇ, ਇੱਕ ਇੱਕ ਬੰਦੇ ਨੂੰ ਜਾਣਦੇ, ਤੁਸੀਂ ਵੀ ਬਾਜ਼ਾਰ 'ਚ ਰਹਿੰਦੇ ਰਹੇ ਹੋ, ਹਾਲਾਤ ਖਰਾਬ ਹੋਣਗੇ ਬਾਜ਼ਾਰ ਦੇ। ਮੈਂ ਇਹਨਾਂ ਸ਼ਬਦਾਂ ਨਾਲ ਤੁਹਾਡਾ ਸਹਿਯੋਗ ਮੰਨਦਾ ਔਰ ਤੁਹਾਡਾ ਧੰਨਵਾਦ ਕਰਨਾ। ਇਸ ਮੌਕੇ ਦੁਕਾਨਦਾਰਾਂ ਨੇ ਰੋਹ ਭਰਪੂਰ ਲਹਿਜੇ 'ਚ ਕਿਹਾ ਕਿ ਜਦ ਕਾਂਗਰਸ ਸਰਕਾਰ ਸੱਤਾ 'ਚ ਆਈ ਸੀ ਤਾਂ ਦੁਕਾਨਦਾਰਾਂ ਨੂੰ ਇੱਕ ਆਸ ਬੱਝ ਗਈ ਸੀ ਕਿ ਇਹ ਸਰਕਾਰ ਵਪਾਰੀਆਂ ਅਤੇ ਦੁਕਾਨਦਾਰਾਂ ਲਈ ਜ਼ਰੂਰ ਕੁਝ ਚੰਗਾ ਕਰੇਗੀ, ਪਰ ਇਸ ਸਰਕਾਰ ਨੇ ਵੀ ਦੁਕਾਨਦਾਰਾਂ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ ਹੈ। ਸਰ, ਅੱਜ ਹਾਲ ਬਾਜ਼ਾਰ ਵੈਲਫੇਅਰ ਐਸੋਸੀਏਸ਼ਨ ਨੇ ਜਿਹੜੀ, ਜਿਨ੍ਹਾਂ ਦੇ ਪ੍ਰਧਾਨ ਸੁਨੀਲ ਕੌਂਟੀ ਜੀ ਨੇ, ਜਿਹੜੇ ਕਿ ਮੌਜੂਦਾ ਵਿਧਾਇਕ ਨੇ, ਉਹਨਾਂ ਦੀ ਪ੍ਰਧਾਨਗੀ ਦੇ ਹੇਠ ਅੱਜ ਇਹ ਇੱਕ ਪ੍ਰੋਟੈਸਟ ਰੱਖਿਆ ਗਿਆ, ਜਿਹਦੇ ਵਿੱਚ ਕਾਰਪੋਰੇਸ਼ਨ ਨੇ ਕਿਹਾ ਵੀ ਇਹਨਾਂ ਦੀ ਜਿਹੜੀ ਪੇਡ ਪਾਰਕਿੰਗ, ਦੁਕਾਨਦਾਰਾਂ ਦੇ ਸਕੂਟਰ ਮੋਟਰਸਾਈਕਲ ਇੱਥੇ ਪਾਰਕਿੰਗ 'ਚ ਲਗਾਏ ਜਾਣ। ਮੈਂ ਬੜੇ ਅਫਸੋਸ ਨਾਲ ਇਹ ਗੱਲ ਕਹਿ ਰਿਹਾ ਵੀ ਸਾਨੂੰ ਸਾਰਿਆਂ ਨੂੰ ਬੜੀ ਉਮੀਦ ਸੀ ਵੀ ਕਾਂਗਰਸ ਸਰਕਾਰ ਆਏਗੀ ਅਤੇ ਗਰੀਬ ਲੋਕਾਂ ਦੀ, ਦੁਕਾਨਦਾਰਾਂ ਦੀ ਸੁਣੀ ਜਾਏਗੀ। ਅੱਜ ਸਿਵਾਏ ਪੱਥਰ ਲਾਉਣ ਤੋਂ ਔਰ ਝੂਠੇ ਉਦਘਾਟਨ ਕਰਨ ਤੋਂ ਇਲਾਵਾ ਇਹ ਕੁਛ ਨਹੀਂ ਕਰ ਰਹੇ। ਸਾਡੀ ਮੱਛੀ ਮੰਡੀ ਦੀ ਪਾਰਕਿੰਗ ਹੈ, ਕਿੰਨੇ ਸਾਲ ਤੋਂ ਉਦਘਾਟਨ ਹੋਇਆ, ਉਹ ਪਾਰਕਿੰਗ ਨਾ ਬਣੀਏ। ਉਸ ਤੋਂ ਬਾਅਦ ਕੈਰੋ ਮਾਰਕੀਟ ਪਾਰਕਿੰਗ ਹੈ, ਉਸ ਤੋਂ ਬਾਅਦ ਸਾਡੀ ਪਿੰਕ ਪਲਾਜ਼ਾ ਮਾਰਕੀਟ ਹੈ, ਪਾਰਕਿੰਗ ਹੈ, ਕੋਈ ਵੀ ਪਾਰਕਿੰਗ ਚਾਲੂ ਨਹੀਂ। ਮੈਂ ਸਰਕਾਰ ਅੱਗੇ ਬੇਨਤੀ ਕਰਨਾ ਚਾਹਾਂਗਾ ਵੀ ਜਿਹੜੀ ਕੈਰੋ ਮਾਰਕੀਟ ਹੈ ਉਹਨੂੰ ਵੈਲ ਫਰਨਿਸ਼ ਕਰਕੇ
ਸੁੰਦਰ ਬਣਾ ਕੇ ਉੱਥੇ ਜਿਹੜੀਆਂ ਦੁਕਾਨਦਾਰਾਂ ਨੂੰ ਫ੍ਰੀ ਗੱਡੀ ਲਾਉਣ ਦੀ ਪਰਮਿਸ਼ਨ ਦਿੱਤੀ ਜਾਵੇ। ਹਾਂਜੀ ਹਾਂਜੀ ਹਾਂ, ਮਾਨਯੋਗ ਸਾਡੇ ਮੰਤਰੀ ਓਪੀ ਸੋਨੀ ਜੀ ਨੇ ਸਾਨੂੰ ਵਿਸ਼ਵਾਸ ਦਵਾਇਆ ਵੀ ਮੈਂ ਇਹ ਕੰਮ ਅੰਮ੍ਰਿਤਸਰ ਦੇ ਵਿੱਚ ਜਿਹੜੇ ਦੁਕਾਨਦਾਰ ਨੇ ਉਹਨਾਂ ਨਾਲ ਧੱਕਾ ਨਹੀਂ ਹੋਣ ਦੇਵਾਂਗਾ, ਔਰ ਸਾਨੂੰ ਉਹਨਾਂ 'ਤੇ ਪੂਰੀ ਉਮੀਦ ਹੈ ਵੀ ਉਹ ਦੁਕਾਨਦਾਰਾਂ ਦੇ ਇਸ ਦਰਦ ਨੂੰ ਸਮਝਣਗੇ ਅਤੇ ਕੈਪਟਨ ਅਮਰਿੰਦਰ ਸਿੰਘ ਮਾਨਯੋਗ ਜਿਹੜੇ ਸਾਡੇ ਮੁੱਖ ਮੰਤਰੀ ਨੇ ਉਹਨਾਂ ਨੂੰ ਦੇ ਧਿਆਨ 'ਚ ਇਹ ਗੱਲ ਲਿਆਂਦੀ ਜਾਏਗੀ। ਅਸੀਂ ਆਪ ਜੀ ਦੇ ਪ੍ਰੈਸ ਦੇ ਰਾਹੀਂ ਇਹ ਇੱਕ ਮੈਸੇਜ ਦੇਣਾ ਚਾਹੁੰਦੇ ਹਾਂ ਸਰਕਾਰ ਨੂੰ, ਪੰਜਾਬ ਸਰਕਾਰ ਨੂੰ, ਮੌਜੂਦਾ ਸਰਕਾਰ ਨੂੰ ਵੀ ਇਹ ਗਰੀਬ ਲੋਕ ਨੇ, ਇਹ ਜਿਹੜੇ ਦੁਕਾਨਦਾਰ ਨੇ, ਇਹਨਾਂ ਦੀ ਹੈਲਪ ਕੀਤੀ ਜਾਵੇ, ਇਹਨਾਂ 'ਤੇ ਤਰਸ ਕੀਤਾ ਜਾਵੇ ਅਤੇ ਇਹਨਾਂ 'ਤੇ ਇਹ ਨਾਦਰਸ਼ਾਹੀ ਰੂਲ ਲਾਗੂ ਨਾ ਕੀਤਾ ਜਾਵੇ। ਧੰਨਵਾਦ। ਮਾਮਲਾ ਭਖਦਾ ਦੇਖ ਕੈਬਨਿਟ ਮੰਤਰੀ ਓਪੀ ਸੋਨੀ ਧਰਨਾਕਾਰੀਆਂ ਪਾਸ ਪਹੁੰਚੇ ਅਤੇ ਪੰਜਾਬ ਸਰਕਾਰ ਤਰਫੋਂ ਭਰੋਸਾ ਦਵਾਇਆ ਕਿ ਜਲਦ ਹੀ ਉਹਨਾਂ ਦੀਆਂ ਇਹਨਾਂ ਮੰਗਾਂ ਦਾ ਹੱਲ ਕਰ ਦਿੱਤਾ ਜਾਏਗਾ। ਜਿਹੜੇ ਸ਼ੌਪਕੀਪਰ ਨੇ ਇਹਨਾਂ ਦੀ ਜਿਹੜੀ ਮੁਸ਼ਕਲ ਆ, ਪਾਰਕਿੰਗ ਜਿਹੜੀ ਇੱਥੇ ਚਾਲੂ ਕਰਨ ਲੱਗੇ ਆ, ਸੋ ਪੇਡ ਪਾਰਕਿੰਗ ਜਿਹੜੀ ਚਾਲੂ ਹੋਣੀ ਆ ਉਹਦੇ ਕਰਕੇ ਨਾ ਆਪਣਾ ਰੋਸ ਜਤਾਇਆ ਧਰਨੇ 'ਤੇ ਬੈਠੇ ਸੀ ਸਵੇਰ ਦੇ। ਸੋ ਮੈਨੂੰ ਹੁਕਮ ਹੋਇਆ ਸੀ, ਮੈਂ ਇੱਥੇ ਆਇਆ, ਇਹਨਾਂ ਦਾ ਧਰਨਾ ਠਾਇਆ, ਇਹਨਾਂ ਨੂੰ ਵਿਸ਼ਵਾਸ ਦਵਾਇਆ ਕਿ ਜੋ ਵੀ ਬੈਟਰ ਹੋਏਗਾ ਉਹ ਜ਼ਰੂਰ ਕੀਤਾ ਜਾਏਗਾ। ਸੋ ਕੋਈ ਗੱਲ ਨਹੀਂ, ਫਿਕਰ ਨਾ ਕਰੋ, ਅਸੀਂ ਪਹਿਲਾਂ ਵਪਾਰੀਆਂ ਨੂੰ ਵੇਖਣਾ, ਅਸੀਂ ਪਹਿਲਾਂ ਬਿਜ਼ਨਸਮੈਨ ਨੂੰ ਵੇਖਣਾ, ਇੰਡਸਟਰੀ ਨੂੰ ਵੇਖਣਾ, ਫਿਰ ਕੋਈ ਫੈਸਲੇ ਅਜੇ ਲੈਣੇ ਆ। ਸੋ ਜਿੱਥੋਂ ਤੱਕ ਕਾਰਪੋਰੇਸ਼ਨ ਦਾ ਸਵਾਲ ਹੈ, ਮੈਂ ਮੇਅਰ ਕਾਰਪੋਰੇਸ਼ਨ, ਕਮਿਸ਼ਨਰ ਕਾਰਪੋਰੇਸ਼ਨ ਨਾਲ ਗੱਲ ਕਰਕੇ ਇਹ ਮੁਸ਼ਕਲ ਜਿਹੜੀ ਆ ਆਉਣੀ ਦਾਂਗਾ, ਇਹ ਵੀ ਵੇਖਾਂਗਾ ਕਿ ਕਾਨੂੰਨ ਦੇ ਮੁਤਾਬਕ ਕਿਸ ਤਰ੍ਹਾਂ ਠੀਕ ਹੋ ਸਕਦਾ। ਇਹ ਇੱਕ ਸ਼ਹਿਰ 'ਚ ਨਹੀਂ, ਸਾਰੇ ਸ਼ਹਿਰਾਂ ਦੀ ਸਮੱਸਿਆ। ਦੂਜੇ ਮੰਨੇ ਅਸੀਂ ਇਹ ਵੀ ਵੇਖਣਾ ਕਿ ਜਿਹੜੇ ਸ਼ਰਧਾਲੂ ਆਉਂਦੇ ਨੇ, ਲੋਕ ਆਉਂਦੇ ਨੇ ਜਿਨ੍ਹਾਂ ਸ਼੍ਰੀ ਹਰਿਮੰਦਰ ਸਾਹਿਬ ਜਾਣਾ, ਸ਼੍ਰੀ ਦਰਗਿਆਣਾ ਜਾਣਾ, ਉਹਨਾਂ ਨੂੰ ਵੀ ਕੋਈ ਪ੍ਰੋਬਲਮ ਨਾ ਆਵੇ, ਕਿਉਂਕਿ ਗੱਡੀਆਂ ਜਿਹੜੀਆਂ ਨੇ ਉਹ ਸਾਰੇ ਰਾਹ 'ਚ ਹੀ ਮਲ ਕੇ ਖਲੋਤੀਆਂ ਹੁੰਦੀਆਂ, ਅਸੀਂ ਵੀ ਲੰਘਦੇ ਇੱਥੋਂ। ਸੋ ਮੈਂ ਤੁਹਾਨੂੰ ਵੀ ਰਿਕੁਐਸਟ ਕਰੂੰਗਾ, ਥੋੜ੍ਹਾ ਜਿਹਾ ਤੁਸੀਂ ਵੀ ਸਾਰੇ ਸਾਥ ਦਿਓ, ਕੰਮ ਸੇ ਕੰਮ ਜਿਹੜੀ ਯੈਲੋ ਲੈਣ ਆ ਉਹਦੇ ਤੋਂ ਗੱਡੀਆਂ ਅੰਦਰ ਜ਼ਰੂਰ ਲੱਗਣ, ਉਹ ਅੰਦਰ ਲੱਗਦੀਆਂ ਨਹੀਂ, ਉਹਦੇ ਨਾਲ ਲੋਕਾਂ ਨੂੰ ਵੀ ਮੁਸ਼ਕਿਲ ਆਉਂਦੀ ਆ, ਅਸੀਂ ਕਈ ਵਾਰ ਵੀ ਲੰਘਣਾ ਹੁੰਦਾ, ਜੇ ਸਾਨੂੰ ਲੰਘਣ ਦੀ ਮੁਸ਼ਕਿਲ ਆਉਂਦੀ ਆ ਤਾਂ ਫਿਰ ਜਿਹੜੇ ਸ਼ਰਧਾਲੂ ਆਉਂਦੇ ਉਹਨਾਂ ਨੂੰ ਕਿੰਨੀ ਵੱਡੀ ਮੁਸ਼ਕਿਲ ਆਉਂਦੀ ਹੋਈ। ਥੋੜ੍ਹਾ ਜਿਹਾ ਇਸ ਕੰਮ ਦਾ ਵੀ ਧਿਆਨ ਰੱਖੋ। ਸੋ ਇਹ ਕੰਮ ਤੁਸੀਂ ਵੇਖੋ ਸਾਰੇ, ਮੇਰੇ ਕੋਲ ਜਦੋਂ ਸੇਵਾ ਸੀ ਬਤੌਰ ਮੇਅਰ, ਮੈਂ ਯੈਲੋ ਲੈਣ ਲਾਈ ਹੁੰਦੀ ਸੀ, ਜਿਹੜਾ ਉਸ ਤੋਂ ਇੱਧਰ ਉੱਧਰ ਗੱਡੀ ਲਾਉਂਦਾ ਸੀ ਉਹ ਗੱਡੀ ਉੱਥੇ ਵਾਲੇ ਟੋਚ ਕਰਕੇ ਲੈ ਜਾਂਦੇ ਸੀ। ਸੋ ਇਸ ਕਰਕੇ ਡਿਸਿਪਲਨ, ਅਸੀਂ ਸ਼ਹਿਰ ਵੀ ਚਲਾਉਣਾ, ਅਸੀਂ ਸਾਰਾ ਕੁਝ ਵੇਖਣਾ, ਦੋਵੇਂ ਬੰਦੇ ਵੇਖਣੇ। ਸੋ ਸਾਡਾ ਇਸ ਗੱਲੋਂ ਸਾਥ ਦਿਓ ਕਾਰਪੋਰੇਸ਼ਨ ਦਾ ਕਿ ਤੁਸੀਂ ਜਿਹੜੀ ਯੈਲੋ ਲੈਣਾ ਉਹਦੇ ਤੋਂ ਅੰਦਰ ਗੱਡੀਆਂ ਲਵਾਓ, ਬਾਹਰ ਨਾ ਲਵਾਓ। ਇਹ ਬੜੀ ਵੱਡੀ ਇੱਕ ਸਮੱਸਿਆ ਜਿਹੜੀ ਟ੍ਰੈਫਿਕ 'ਚ ਅੜਚਣ ਬਣਦੀ ਆ, ਲੋਕਾਂ ਨੂੰ ਵੀ ਮੁਸ਼ਕਿਲ ਆਉਂਦੀ ਆ। ਸੋ ਮੈਂ ਫਿਰ ਤੁਹਾਨੂੰ ਵਿਸ਼ਵਾਸ ਦਿੰਦਾ, ਮੇਅਰ ਕਾਰਪੋਰੇਸ਼ਨ ਅਤੇ ਕਮਿਸ਼ਨਰ ਕਾਰਪੋਰੇਸ਼ਨ ਨਾਲ ਗੱਲ ਕਰਕੇ ਅੱਜ ਹੀ ਇਹ ਤੁਹਾਡੀ ਸਮੱਸਿਆ ਦਾ ਜ਼ਰੂਰ ਕਿਸੇ ਨਾ ਕਿਸੇ ਤਰ੍ਹਾਂ ਹੱਲ ਜ਼ਰੂਰ। ਬਹੁਤ ਧੰਨਵਾਦ। ਬਿਊਰੋ ਰਿਪੋਰਟ, ਵਿਜ਼ਨ ਪੰਜਾਬ ਟੀਵੀ। ਦੁਨੀਆ ਭਰ ਦੀ ਤਾਜ਼ਾ ਤਰੀਨ ਖਬਰਾਂ ਅਤੇ ਮਨੋਰੰਜਨ ਭਰਪੂਰ ਪ੍ਰੋਗਰਾਮ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਤੇ ਦਬਾਓ ਬੈਲ ਬਟਨ ਐਂਡ ਆਲਸੋ ਲਾਈਕ ਆਵਰ ਫੇਸਬੁੱਕ ਪੇਜ।